ਸਾਚੀ ਗੱਲ ਹੀ ਸਾਰੇ ਜਾਣਿਆਂ ਨੂੰ ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮੈਂ ਤਾਂ ਡਿਜਰਸ਼ਨ ਮੈਂ ਤਾਂ ਡਿੱਕੀ ਤੇ ਆਪਾਂ ਸਕੇ ਬਖਾਤਾ ਤੇ ਹੁਣ ਆਪਾਂ ਆ ਜਾ ਤੁਸੀਂ ਵੀ ਆ ਜਾਓ ਤੇ ਵਲੌਗ ਆਪਾਂ ਸਟਾਰਟ ਕੀਤਾ। ਤੁਹਾਨੂੰ ਪਤਾ ਰੱਖੜੀ ਦਾ ਤਿਉਹਾਰ ਆ ਗਿਆ ਤੇ ਕੱਲ ਮੈਂ ਲਈ ਆ ਸਲੂਨ ਤੋਂ ਆਫ ਕਿਉਂਕਿ ਘਰ ਤੁਹਾਨੂੰ ਪਤਾ ਸਾਰਿਆਂ ਦੇ ਤਿਉਹਾਰ ਮਨਾਉਣਾ ਵਾ ਤੇ ਅੱਜ ਪਹਿਲਾਂ ਮੈਂ ਕਿਹਾ ਨਾਲ ਅੱਜ ਆਪਾਂ ਸ਼ੋਪਿੰਗ ਕਰ ਲਾਂਗੇ ਕੱਲ੍ਹ ਵਾਸਤੇ ਅਤੇ ਅਰਸ਼ ਵਾਸਤੇ ਬਸ ਸਵੇਰੇ ਸਵੇਰੇ ਘਰ ਆਈ। ਜਿਹੜੇ ਮੇਰੇ ਸਲੋਨ ਆ ਵਾਲੇ ਆ ਮੇਰੇ ਮਤਲਬ ਬਹੁਤ ਵਧੀਆ ਸਾਡੇ ਮੇਰੇ ਨਾਲ ਰਿਸ਼ਤੇਦਾਰਾਂ ਵਾਂਗੂ ਹੀ ਰਿਸ਼ਤੇਦਾਰਾਂ ਵਾਂਗੂ ਤੋਂ ਵੀ ਵੱਧ ਕੇ ਰਹਿੰਦੇ ਆ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਅਰਸ਼ ਦੀ ਰੱਖੜੀ ਲੈ ਕੇ ਆਉਣੀ ਆ ਅਤੇ ਮੈਂ ਅਰਸ਼ ਦੀ ਅਤੇ ਭਾਜੀ ਦੀ ਰੱਖੜੀ ਲੈ ਕੇ ਆਈ ਹਾਂ ਅਤੇ ਕੀ ਹੋਇਆ ਆਡੀਅੰਸ ਸਾਨੂੰ ਵੇਖਣ ਦੀ ਆ ਕਿ ਲੋਕ ਚਲੋ ਕੰਮ 'ਤੇ ਲੱਗੋ ਅਤੇ ਉਹਨੇ ਭਾਬੀ ਜੀ ਨੇ ਮੈਨੂੰ ਕਿਹਾ ਸੀ ਕਿ ਤੂੰ ਅਰਸ਼ ਦੀ ਰੱਖੜੀ ਲੈ ਕੇ ਆਈ ਅਤੇ ਮੈਂ ਅਰਸ਼ ਦੀ ਰੱਖੜੀ ਅਤੇ ਉਹਦੇ ਵਾਸਤੇ ਮਿੱਠਾ ਸਵੇਰੇ ਲੈ ਲਿਆ ਸੀ ਅਤੇ ਬਾਕੀ ਜਿਹੜੇ ਘਰ ਵਾਸਤੇ ਉਹ ਮੈਂ ਅਸੀਂ ਸ਼ਾਮ ਨੂੰ ਸ਼ੋਪਿੰਗ ਕਰਾਂਗੇ। ਮੈਂ ਹਰਮਨ ਅਤੇ ਲਵ ਉਹ ਵੀ ਤੁਹਾਨੂੰ ਵਿਖਾਵਾਂਗੇ ਅਤੇ ਕੱਲ੍ਹ ਦਾ ਵੀ ਕੱਲ੍ਹ ਦਾ ਵਿਖਾਵਾਂਗੇ। ਕੱਲ੍ਹ ਆਫ ਲਈ ਹੋਈ ਆ ਅਤੇ ਇੱਦਾਂ ਹੀ ਚੈਨਲ 'ਤੇ ਬਣੇ ਰਹੋ, ਸਾਰਾ ਵਲੌਗ ਵੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਸਭ ਕੁਝ। ਜਿਹਨੂੰ ਮੈਂ ਰੱਖੜੀ ਬਣੀ ਨਹੀਂ ਅਤੇ ਉਹਦਾ ਹਾਲ ਵੇਖੋ ਅਤੇ ਉੱਧਰ ਦੇਖੋ ਪੰਜਾਬਣ ਬੜਾ ਐ ਫਰੋਕ ਸੁੱਟ ਕੇ ਆਈ ਆ ਹੈਂ ਐ। ਸਤਿ ਸ਼੍ਰੀ ਅਕਾਲ ਦੀਦੀ, ਕਿਰਤ ਲੱਗ ਕੇ ਬੈਠੀ ਆ ਅਤੇ ਇੱਧਰ ਸਟੂਡੈਂਟ ਦੀ ਕਲਾਸ ਲੱਗੀ ਹੋਈ ਆ, ਲਵ ਲਾਉਣ ਡੀ ਆ। ਹੈਲੋ ਕਿਰਨ, ਨਿਊ ਸਟੂਡੈਂਟ ਪ੍ਰੀਤੀ ਇੱਧਰ ਬਣੀ ਟੀਚਰ, ਠੀਕ ਆ ਚਲੋ ਕੰਮ ਕਰੋ। ਅਤੇ ਇੱਧਰ ਵੀ ਮੇਕਅਪ ਕਲਾਸ, ਬੱਚੇ ਫੋਨ ਚਲਾਉਣ ਦੇ ਨਾਲ ਹੀ ਫੋਨ ਛੱਡ ਦਿਓ, ਫੋਨਾਂ ਨੇ ਤੁਹਾਨੂੰ ਕੱਖ ਨਹੀਂ ਦੇਣਾ। ਕਿੱਦਾਂ ਦੂਰ ਦੂਰ ਦੋਵੇਂ ਡੇ ਚਲਾਉਣ, ਤੂੰ ਕੀ ਵੇਖਣ ਡਿਆ ਵੇਲੋ ਕਾ ਦੂਜੇ ਸਾਰੇ ਉੱਦਾਂ ਬੈਠੇ ਤੇ ਨਿਆਣਿਆਂ ਕੋਲ ਫੋਨ ਜੇ ਵੇਖ ਲਓ ਇਹਨਾਂ ਦੇ। ਇੱਧਰ ਸੁਮਨ ਡਈ ਆ ਮੇਕਅਪ ਕਰਨ ਅਤੇ ਸ਼ੀਸ਼ਾ 'ਚ ਨਹੀਂ ਵਿਖਾਉਣ ਡਿਆ ਅਤੇ ਚਲੋ ਹੁਣ ਆਪਾਂ ਅਰਸ਼ ਰੈਡੀ ਹੋ ਜਾਓ ਫਿਰ ਮੈਂ ਤੁਹਾਨੂੰ ਮਿਲਦੇ ਹਾਂ, ਠੀਕ ਆ ਦੀਦੀ? ਠੀਕ ਆ, ਬੋਲੋ ਕੁਝ, ਆਪਣੇ ਮੂੰਹ 'ਚੋਂ ਬਿਆਨ ਕਰੋ ਕੁਝ ਜੋ ਮੇਰੀ ਤਾਰੀਫ ਕਰ ਦਿਓ। ਮੇਰੀ ਭੈਣ ਮੈਨੂੰ ਤਾਰੀਫ ਕਰਨ ਡੀ ਆ, ਹੋਰ ਸਭ ਠੀਕ ਆ? ਹੈਪੀ ਵੇਲਾ ਆਪਾਂ ਨੂੰ ਸਾਲ ਹੋ ਗਿਆ, ਡੇਢ ਸਾਲ ਹੋ ਗਿਆ ਮਿਲੇ, ਵੇਲਾ ਆਪਣਾ ਪਿਆਰ ਤੱਕ ਓਦਾਂ ਦਾ ਓਦਾਂ ਹੀ ਹੈ ਵੇਲਾ। ਤੂੰ ਮੈਨੂੰ ਮਿਲੀ ਤੇ ਤੈਨੂੰ ਮੇਰਾ ਪਤਾ ਲੱਗਾ, ਸਹੀ ਗੱਲ ਨਾ? ਚਲ ਹੁਣ ਅਰਸ਼ ਨੂੰ ਮੈਂ ਤਿਆਰ ਕਰਾਇਆ ਰੱਖੜੀ ਬੰਨਾ, ਤੂੰ ਮੇਰੀ ਵੀਡੀਓ ਬਣਾ ਦੀ। ਓਕੇ ਡਨ ਡਨ, ਚਲ ਇੰਨੇ ਵੀ ਟੈਟੂ ਬਣਾਇਆ ਜੇ, ਟੈਟੂ ਵਾਲੇ ਹੀ ਇੱਥੇ, ਇੱਧਰ ਵੀ ਟੈਟੂ ਅਤੇ ਇੱਧਰ ਵੀ ਮੇਰੇ ਆ, ਇੱਧਰ ਆ ਅਤੇ ਇੱਧਰ ਵਾਲਾ ਦਿਖਣਾ ਨਹੀਂ ਆ, ਇੱਧਰ ਵੀ ਟੈਟੂ। ਭਾਂਡੇ ਲਾਉਣੇ ਆ ਵਿਖਾਉਣੇ ਆ, ਮੈਂ ਲੱਗੀ ਆ ਖਾਲੀ ਸਜਾਉਣ ਨਾਲ ਆਪਾਂ ਦੋ ਲੱਡੂ ਰੱਖ ਲਏ, ਮੈਨੂੰ ਕਿਹਾ ਵੀ ਲੱਡੂ ਲੈ ਕੇ ਆਈ, ਗੁਲਾਬ ਜਾਮੁਨ ਵੀ ਰੱਖ ਲਏ। ਫਰਿੱਜ 'ਚ ਲੱਗੇ ਆ, ਲਵ ਕੀ ਗੱਲ, ਤੇਰਾ ਮੂੰਹ ਨਹੀਂ ਸਿੱਧਾ, ਤੂੰ ਬੋਲ ਨਹੀਂ ਡਈ। ਮੈਂ ਠੀਕ ਨਹੀਂ। ਅੱਛਾ ਠੀਕ ਆ, ਬਾਹਰ ਇੱਦਾਂ ਖਾ ਬਾਹਰ ਕਹਿੰਦਾ ਖਾਲਸਾ ਕਾਲਜ ਦੇ ਨਜ਼ਾਰੇ, ਨਜ਼ਾਰੇ ਨਹੀਂ ਰਸ਼ ਕਹਿ ਸਕਦੇ ਨੇ। ਇਹ ਤਾਂ ਅਲਾਵਾ ਬੜਾ ਔਖਾ ਕੰਮ, ਇਹਨਾਂ ਦਾ ਇਹ ਕਿੰਨਾ ਕੱਢਾ ਇੱਦਾਂ ਹੀ ਆ ਕੱਢੀ, ਕਾਲੇ ਕਾਲੇ ਰਸਗੁੱਲੇ, ਕਾਲੇ ਕਾਲੇ ਰਸਗੁੱਲੇ, ਚਿੱਟੇ ਚਿੱਟੇ ਗੁਲਾਬ ਜਾਮੁਨ, ਨਹੀਂ ਕਾਲੇ ਕਾਲੇ ਗੁਲਾਬ ਜਾਮੁਨ, ਚਿੱਟੇ ਚਿੱਟੇ ਰਸਗੁੱਲੇ, ਇਹਦੇ ਕੰਮ ਆਪਾਂ ਲਾਤਾ ਕੁੜੀਆਂ, ਚੱਲ ਕੁੜੀਆਂ ਕੰਮ ਕਰ ਰਹੀਆਂ। ਸੋਹਣੀ
यार डा गेम खेलन दे गोल आए चल आई अपनी सेशन चेंज कर लिया वीर जावत ज्यादा बड़ा ही उथे पूरा नहीं आउन दिया बाजार चले उन्होंने घरों फोन आ गया मेरा समान लगना फिर शाम को भी मैं हर मत सारे लवान समान तो नेता बने दो स्कैनर बार कोड ना मैं लहना कल मैं फोटो कॉपी करा ली सारे ने कहना बार कोड दे दो मैं पैरों की नेल आर्ट करा लगी मैं मक्खियों ने बड़ा तंग किया लाभ करन दी है हैंड पैर इन्ना टाइम की मैडम मैं लब लब के लाने वे छोटे लाभ कितनी आने के कितने गई तो मैं तो लाभ हम दोवे आनी शॉपिंग करना आई हाँ अपनी नहीं अपने भरावान की लाभ पसंद ना एक तो लगे आप दुकान से चलिए चलो मैं तो तुम अपनी दस जा एक तुहाडे घर दे फोनां दे नूं भेज दे इदां दियां लै के आए फोटो विखा दे उहनां नूं इहां दे पे डायनामियां किदां नूं टॉट हो वेखण दी आ इहां लाव ते फोन ते लग्गी आ फाइनली कोल नगला आया कुछ लिया आपां ना हो ही जांदा सिलेक्ट मैसेज करियो लै नंबर कोई ना उपर केड़ा पता लग्गण दा हुण पहलां पेंटां लईआं हुण शर्टां देखण दे की आंदे चलो जी हुण आपां शॉपिंग कर ली हुण आपां भी करनी आ हुण असीं जल्दी जल्दी निकलिए चलिए लाओ फट असीं आईडिया च मार ली चलो कुड़ियो हरमन शामिल हो गई इधर मुंह खा चल चल जो इन्हें लाओ नहीं एंटर कर लगे ने आवे इत्थों बकेट आवे बकेट लावे इधर 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 फ्लावर वाला वा ओ यार ओनी सही लगता फुल्लां वाला आवे इधर दी अवे हरे पे हरमन लइए रखनिया की मूह खोल वड्डी तू डाकू बनी है अच्छा ये कौलियां वगैरह भी लगे ਉਹ ਬਰਲੀ ਸਾਈਡ ਤੋਂ ਲੈਣੇ ਉੱਤੇ ਫਿਰ ਇਹਨੇ ਗਿਫਟ ਬੈਂਪਰ ਕਿਹੜੇ ਕਿਹੜੇ ਆ ਇਹ ਤੇ ਕੱਪ ਵਗੈਰਾ ਹਨਾ ਪਰ ਕਿੰਨੇ ਸੋਹਣੇ ਹੀ ਉਹ ਆਵੇ ਕੁੜੀਆਂ ਵਾਲੇ ਸ਼ੋਭ ਲਈ ਨਾ ਲੈ ਉਹ ਦੱਜੇ ਆ ਸ਼ੋਭ ਡਰਦਾ ਜੇ ਉਹ ਸ਼ੋਭ ਕੁੜੀਆਂ ਵਾਲੇ ਵੀ ਕੋਈ ਨਾ ਕੋਈ ਗੰਜੀ ਉਹ ਚੜੇ ਦੇ ਰੱਖੜੀ ਟਾਈਪ ਰੱਖੜੀ ਟਾਈਪ ਕੁੜੀਆਂ ਵਾਸਤੇ ਮੇਰੇ ਕੋਲ ਆ ਗਈ सोनी आ लाभ सोनी
ਸਿੰਪਲ ਦੀਆਂ ਧਿਆਨ ਵੀ ਕਾਫੀ ਸੋਹਣੀ ਆ ਸਿੰਪਲ ਲੈਣੀ ਆ ਸਾਰੇ ਸੋਹਣੀ ਕੀ ਚੀਜ਼ ਚਾਹੀਦੀ ਹੈ ਅੱਛਾ ਅੱਧਰ ਵੀ ਆ तेन आप पसंद के मैं बंडल बंडल लेने पैन डे सारे पता है क्योंकि शोभनी भी लानी है एक दुकान तो मिल गई हूँ अद्धिया लैन वाले रह समान भी ले हरिया भरिया आ गए दूसरी शॉप से मैं कुछ पसंद नहीं आता शॉपिंग नहीं मुकन दी अलावा होर भी बड़ा को लेना छेती चल चलो गिफ्ट हैंपर वाल चलो गिफ्ट शॉप थी थोड़े गिफ्ट नहीं मुकन दे सात बज गए लव एक तो ना इधर एक लव लव नहीं नहीं एक होंगे ना वो वाला डोल जी वाला जिदा वह भी कि इदा एक इदा का वेल आ भी कि सोहनी बनी वही चीज़ हाँ भी कि चीज़ सोहनी है भी एक चीज तुम्हें बड़ा क्यूट जी भैन भरा बुढ़े हो गए दोवे ये दोवे यार चीज तो आ भी बड़ी सोहनी हरमन इधर डिफरेंट जी बहुत सोहने सोहने गिफ्ट तू वड्डा फिल्म स्टार है पूरी सत श्री अकाल कह दो मम्मी सत श्री अकाल आई नू तो जानते ही होने जे सारे जने लवली निखर गया जे इधर रखड़ी की प्रक्रिया शुरू होने लगी आ ठीक है तो भाभी जी तैयार जे आ जाओ टीवी प्रक्रिया के हिस्सा लो तो आ जाओ चलो अजी शुरू कर लगे ने तू वाला तू डॉन नहीं है बोलता मैं तो उन्हें गर्मी च पौंदे ना मैनू पानी दिता ही जो रखड़ी बांधते जा चल आ लो पहली प्रक्रिया शुरू हो गई ही प्रक्रिया होती है प्रक्रिया शुरू हो गई एल्स की हुई हमने हमने एल्स की हुई है बदनाम कर रही हूं मैं एल्स ताऊ सही कह रहे हैं आयो कब से मैं तुझे देख रही थी बेटा मैंने तेरे से वीडियो बनानी है जल्दी ठीक हो तो जल्दी उठ या देना वीडियो आना है क्या आओ टीचर ਤਕੀ ਗੱਲ ਮੋਲੀ ਦਾ ਨਹੀਂ ਪਾਦਰੀ ਮੈਂ ਖੜੀ ਨਹੀਂ ਬਾਦਦੀ ਸਾਥ ਉੱਤੇ ਹਾਏ ਬੁਆ ਹਾਏ ਬੁਆ ਹਾਏ ਬੁਆ ਕੱਡੀ ਦੂਰ ਬੈਠਾ ਇੱਥੇ ਬੈਹ ਓਹੀ ਤੇ ਇਹਦੇ ਕਮਾ ਪਾਉਣੇ ਨਹੀਂ ਆ ਸਕਦਾ
गुलाब जामुन मगरले भी उठ जाने चाणी जी ने छोड़नी है कल ऐसा जीता ला दे यार रसगुल्ला आया पूरा निचोड़ के खा लेता वा अयर के मुंह चेठा ला दे दंदी बढ़ानी ही वेखी कि चैन जो पैने बांह बड़े फड़ी नी लौंडा जोर जा बन गया चले अद्धी रात मेनू डिकन डे ही चंगा वर कवल बाय बाय भाभी जी बाय 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 पुई बाय वीरे बाय बाय चलो अटेंड कर दिए बाकी तुम हम आप कल विखावे ब्लॉग वधिया वधिया फंक्शन जरा त्योहार है सारा ले लिया कपड़े ले गिफ्ट ले लिया सब रखड़िया ले लिया टू जैड तो चलिए भैने घर जो तुम मिल रहे अगले ब्लॉग से जे ब्लॉग के लिए लाइक शेयर कमेंट जरूर करके चैनल सब्सक्राइब करें।